ਮੇਰੀ ਬੇਟੀ ਆ ਉਹ ਬੱਚਿਆਂ ਨਾਲ ਖੇਡ ਰਹੀ ਸੀ ਜੀ ਪਰ ਖੇਡਦੇ ਖੇਡਦੇ ਬਸ ਐਂ ਚਰਸੀ ਤੇ ਚੜ ਗਈ ਬਸ ਗਿਰਜ ਗਈ ਉਲਝ ਕੇ ਉਹ ਤੋਂ ਬਾਅਦ ਉਹਦੇ ਸਾਰਾ ਜਿਹੜਾ ਸਿਰ ਦਾ ਉਹ ਹੈ ਆ ਮਾਸ ਉਤਰ ਗਿਆ ਸਾਰਾ ਖੋਪੜੀ ਪੱਟ ਗਈ ਇਹ ਬੱਚੀ ਫਿਟਰ ਰੇੜਾ ਜੋ ਆਪਾਂ ਪਹਿਲਾਂ ਘੜੂਕਾ ਕਹਿ ਦਿੰਦੇ ਹਾਂ ਇਹ ਉਹਦੇ ਵਿੱਚ ਬੱਚੀ ਖੇਡ ਰਹੀ ਸੀ ਉਹਦੀ ਚੁੰਨੀ ਫਸਣ ਨਾਲ ਅਤੇ ਉਹਦੇ ਵਾਲ ਕਾਫੀ ਉਲਝ ਚੁੱਕੇ ਸੀ ਅਤੇ ਉਸ ਨਾਲ ਭਿਆਨਕ ਹਾਦਸਾ ਹੋ ਗਿਆ ਕਿੰਨਾ ਕਿੰਨਾ ਕੁ ਖਰਚ ਜਿਹੜਾ ਉਹ ਬੱਚੀ ਦੇ ਹੋਣਾ ਡਾਕਟਰ ਨੇ ਦੱਸਿਆ ਹੋਵੇ 7 ਤੇ ਵੀਰ ਜੀ 10 ਲੱਖ ਦੇ ਵਿੱਚ ਵਿੱਚ ਕਹਿੰਦੇ ਨੇ ਉਹ ਤੋਂ ਬਾਅਦ ਬਾਕੀ ਅਸੀਂ ਦੇਖਦੇ ਹਾਂ ਕੀ ਕਹਿੰਦੇ ਨੇ ਡਾਕਟਰ ਸਾਹਿਬ ਪੈਸੇ ਹੁਣ ਤੱਕ ਡਾਕਟਰ ਨੇ 8 ਤੋਂ ਲੈ ਕੇ 10 ਲੱਖ ਰੁਪਏ ਤੱਕ ਖਰਚਾ ਕੇ ਹੈ ਤੇ ਬਾਕੀ ਜੋ ਅਗਲਾ ਡਿਸੀ ਉਹਨਾਂ ਦਾ ਜੋ ਵੀ ਹੋਇਆ ਅਸੀਂ ਸਹਾਇਤਕ ਨਾਲ ਮਨਜ਼ੂਰ ਕਰਾਂਗੇ ਤੇ ਅਸੀਂ ਜਿੰਨੀ ਕੀ ਲੋੜ ਪਈ ਅਸੀਂ ਕਰਾਂਗੇ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ 9 ਸਾਲ ਦੀ ਬੱਚੀ ਦੀਆਂ ਹਨ ਜੋ ਕੁਝ ਦਿਨ ਪਹਿਲਾਂ ਖੇਡਦੇ ਹੋਏ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਅਤੇ ਬੱਚੀ ਦੇ ਸਿਰ ਦੇ ਖੋਪੜੀ ਬਾਲਾਂ ਸਮੇਤ ਅਲੱਗ ਹੋ ਗਈ ਸੀ ਜਿਸ ਤੋਂ ਬਾਅਦ ਇਲਾਜ ਲਈ ਬੱਚੀ ਨੂੰ PGI ਰੈਫਰ ਕੀਤਾ ਗਿਆ ਉੱਥੇ ਹੀ ਦਾਨੀ ਸੱਜਣਾ ਵੱਲੋਂ ਵੀਡੀਓ ਬਣਾ ਕੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਜਿਸ ਦੇ ਚਲਦਿਆਂ ਸਮਾਜ ਸੇਵਾ ਸੰਸਥਾਵਾਂ ਵੱਲੋਂ ਦਿੱਤੇ ਗਏ ਪੈਸੇ ਸਦਕਾ ਬੱਚੀ ਦਾ ਇਲਾਜ ਚੱਲ ਰਿਹਾ ਹੈ ਕੀ ਨਾਮ ਹੈ ਜੀ ਤੁਹਾਡਾ ਮੇਰਾ ਸ਼ਰਮੀਲਾ ਦੇਵੀ ਜਿਹੜੀ ਉਹ ਬੱਚੀ ਨਾਲ ਹੋਇਆ ਸੀ ਹਾਦਸਾ ਕੀ ਲੱਗਦੀ ਤੁਹਾਡੀ ਤੇ ਕਿਵੇਂ ਹੋਇਆ ਸੀ ਉਹ ਹਾਦਸਾ ਮੇਰੀ ਬੇਟੀ ਉਹ ਬੱਚਿਆਂ ਨਾਲ ਖੇਡ ਰਹੀ ਸੀ ਜੀ ਪਰ ਖੇਡਦੇ ਖੇਡਦੇ ਬਸ ਐਂ ਚਰਸੀ ਤੇ ਚੜ ਗਈ ਬਸ ਗਿਰਜ ਗਈ ਉਲਝ ਕੇ ਉਹ ਤੋਂ ਬਾਅਦ ਉਹਦੇ ਸਾਰਾ ਜਿਹੜਾ ਸਿਰ ਦਾ ਉਹ ਹੈ ਆ ਮਾਸ ਉਤਰ ਗਿਆ ਸਾਰਾ ਖੋਪੜੀ ਪੱਟ ਗਈ ਤਾਂ ਫਿਰ ਉਹ ਤੋਂ ਬਾਅਦ ਆਪਾਂ ਹੋਸਪਿਟਲ 'ਚ ਲੈ ਕੇ ਗਏ ਉਹਨਾਂ ਨੇ ਇਲਾਜ ਉਲੂਜ ਕੀਤਾ ਪਟਿਆਲੇ ਵਾਲਿਆਂ ਨੇ ਜਵਾਬ ਦਿੱਤਾ ਚੰਡੀਗੜ੍ਹ 'ਚ ਰੈਫਰ ਕੀਤਾ ਫਿਰ ਉਹ ਤੋਂ ਬਾਅਦ ਬਸ ਜਿਹੜਾ ਇਲਾਜ ਚੱਲ ਰਿਹਾ ਵਧੀਆ ਚੱਲ ਰਿਹਾ ਬਾਕੀ ਅਸੀਂ ਗਰੀਬ ਪਰਿਵਾਰ ਹਾਂ ਜਿਹੜਾ ਵੀਰ ਸੱਜਣ ਬਾਹਰੋਂ ਪੈਸਾ ਭੇਜ ਰਹੇ ਨੇ ਅਸੀਂ ਉਹਨਾਂ ਦੇ ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਕਿੰਨਾ ਕਿੰਨਾ ਕੁ ਖਰਚ ਜਿਹੜਾ ਉਹ ਬੱਚੀ ਦੇ ਹੋਣਾ ਡਾਕਟਰ ਨੇ ਦੱਸਿਆ ਹੋਵੇ 7 ਤੇ ਵੀਰ ਜੀ 10 ਲੱਖ ਦੇ ਵਿੱਚ ਵਿੱਚ ਕਹਿੰਦੇ ਨੇ ਉਹ ਤੋਂ ਬਾਅਦ ਬਾਕੀ ਅਸੀਂ ਦੇਖਦੇ ਹਾਂ ਕੀ ਕਹਿੰਦੇ ਨੇ ਡਾਕਟਰ ਸਾਹਿਬ ਪੈਸਾ ਤੁਹਾਡੇ ਕਿਵੇਂ ਇਕੱਠਾ ਹੋਇਆ ਕਿਵੇਂ ਲੋਕਾਂ ਨੂੰ ਪਤਾ ਲੱਗਿਆ ਸੋਸ਼ਲ ਮੀਡੀਆ ਹਾਂਜੀ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਵੀਡੀਓ ਚਾੜਦੀ ਸੀ ਅਸੀਂ ਗਰੀਬ ਪਰਿਵਾਰ ਹੈ ਸਾਡਾ ਗਰੀਬ ਪਰਿਵਾਰ ਹੈ ਲੋਕਾਂ ਨੇ ਵੀਡੀਓ ਚਾੜਦੇ ਸੀ ਜੀ ਲੋਕਾਂ ਨੇ ਬਹੁਤ ਹੈਲਪ ਕੀਤੀ ਹੈ ਸਾਡੀ ਹੁਣ ਤੱਕ ਵੀ ਕਰਦੇ ਆ ਰਹੇ ਨੇ ਵਾਹਿਗੁਰੂ ਜੀ ਉਹਨਾਂ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਕਿੰਨੇ ਕੁ ਪੈਸਿਆਂ ਦੀ ਹੋਰ ਜ਼ਰੂਰਤ ਹੈ ਜਾਂ ਪੈਸੇ ਦੀ ਹਜੇ ਲੋੜ ਨਹੀਂ ਸਾਨੂੰ ਹਾਲੇ ਪੈਸਿਆਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਬੱਚੀ ਦਾ ਬੱਚੀ ਬਸ ਬੱਚੀ ਦਾ ਇਲਾਜ ਹੋਣਾ ਚਾਹੀਦਾ ਬੱਚੀ ਹੁਣ ਕਿਵੇਂ ਹੈ ਹਾਲਾਤ ਠੀਕ ਹੈ ਪਹਿਲਾਂ ਨਾਲੋਂ ਠੀਕ ਹੈ ਠੀਕ ਹੈ ਹਾਂਜੀ ਕੀ ਨਾਮ ਹੈ ਵੀ ਤੁਹਾਡਾ ਮੇਰਾ ਵਿੱਕੀ ਕਾਮਰੇਡਾ ਨਾਮ ਜੀ ਵਿੱਕੀ ਜਿਹੜਾ ਇਹ ਹਾਦਸਾ ਹੋਇਆ ਸੀ ਕਦੋਂ ਹੋਇਆ ਸੀ ਅਤੇ ਕਿਵੇਂ ਇਹ ਲੜਕੀ ਦਾ ਜਿਹੜਾ ਇਲਾਜ ਹੋ ਰਿਹਾ ਕਿੱਥੇ ਹੋ ਰਿਹਾ ਇਹ ਅੱਜ ਤੋਂ 3-4 ਦਿਨ ਪਹਿਲਾਂ ਇਹ ਬੱਚੀ ਫਿਟਰ ਰੇੜਾ ਜੋ ਆਪਾਂ ਪਹਿਲਾਂ ਘੜੂਕਾ ਕਹਿ ਦਿੰਦੇ ਹਾਂ ਇਹ ਉਹਦੇ ਵਿੱਚ ਬੱਚੀ ਖੇਡ ਰਹੀ ਸੀ ਉਹਦੀ ਚੁੰਨੀ ਫਸਣ ਨਾਲ ਅਤੇ ਉਹਦੇ ਵਾਲ ਕਾਫੀ ਉਲਝ ਚੁੱਕੇ ਸੀ ਅਤੇ ਉਸ ਨਾਲ ਭਿਆਨਕ ਹਾਦਸਾ ਹੋ ਗਿਆ ਅਤੇ ਇਹ ਲਹਿਰੇ ਗਾਗੇ ਵਿੱਚ ਮਤਲਬ ਕਿ ਹੋਸਪਿਟਲ 'ਚ ਇਹਨਾਂ ਨੂੰ ਦਿਖਾਇਆ ਸੀ ਇਹਨਾਂ ਨੂੰ ਅੱਗੇ ਪਟਿਆਲੇ ਰੈਫਰ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਇਹਨਾਂ ਨੂੰ PGI ਰੈਫਰ ਕਰ ਦਿੱਤਾ ਉੱਥੇ ਜਾ ਕੇ ਬੱਚੀ ਦੀਆਂ ਹਜੇ ਸਾਈਡ ਵਗੈਰਾ ਮਤਲਬ ਕਿ ਓਪਰੇਟ ਹੋਈਆਂ ਨੇ ਅਤੇ ਹਜੇ ਬਚਲਣਾ ਹਿੱਸਾ ਜੋ ਕਿ ਲਗਭਗ 1-2 ਦਿਨਾਂ ਤੱਕ ਹੋ ਜਾਏਗਾ ਅਤੇ ਬਾਕੀ ਲਹਿਰੇ ਗਾਗੇ ਨਿਵਾਸੀਆਂ ਨੇ ਪੂਰਾ ਸਾਥ ਦਿੱਤਾ ਸਾਰੀਆਂ NGO ਨੇ ਬਹੁਤ ਬਹੁਤ ਸਾਥ ਦਿੱਤਾ ਅਤੇ ਆਰਮੀਆਂ ਨੇ ਸਰਕਾਰੀ ਡਿਪਾਰਟਮੈਂਟ ਨੇ ਅਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਗਰੀਬ ਪਰਿਵਾਰ ਦੀ ਹੈਲਪ ਕੀਤੀ ਮਦਦ ਕੀਤੀ ਅਤੇ ਉਹਨਾਂ ਨੇ ਦੱਸਿਆ ਕਿ ਵੀ ਪਰਿਵਾਰ ਨੇ ਦੱਸਿਆ ਵੀ ਅਸੀਂ ਪੈਸਿਆਂ ਦੀ ਹੋਰ ਜ਼ਿਆਦਾ ਸਾਨੂੰ ਜੇ ਲੋੜ ਹੋਈ ਤਾਂ ਤੁਹਾਡੇ ਨਾਲ ਜ਼ਰੂਰ ਸੰਪਰਕ ਕਰਾਂਗੇ ਅਤੇ ਸਾਰਿਆਂ ਵੀਰਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਕਿੰਨਾ ਪੈਸਾ ਡਾਕਟਰ ਕਹਿੰਦੇ ਵੀ ਲੱਗੇਗਾ ਅਤੇ ਹੁਣ ਤੱਕ ਡਾਕਟਰ ਨੇ 8-10 ਲੱਖ ਰੁਪਏ ਤੱਕ ਖਰਚਾ ਕੇ ਹੈ ਅਤੇ ਬਾਕੀ ਜੋ ਅਗਲਾ ਡਿਸੀ ਉਹਨਾਂ ਦਾ ਜੋ ਵੀ ਹੋਇਆ ਅਸੀਂ ਸਹਾਇਤਕ ਨਾਲ ਮਨਜ਼ੂਰ ਕਰਾਂਗੇ ਅਤੇ ਅਸੀਂ ਜਿੰਨੀ ਕੀ ਲੋੜ ਪਈ ਅਸੀਂ ਕਰਾਂਗੇ ਕਿੰਨੀਆਂ ਕੁ NGO ਜਿਹੜੀਆਂ ਹੈਗੀਆਂ ਬਾਹਰੋਂ ਪੈਸੇ ਘੱਟੋ ਘੱਟ ਸਾਨੂੰ 3-4 ਹਜ਼ਾਰ NGO ਦਾ ਫੋਨ ਆ ਚੁੱਕਿਆ ਤੁਸੀਂ ਆਸਟ੍ਰੇਲੀਆ ਕੈਨੇਡਾ ਅਮਰੀਕਾ ਮੇਰੇ ਵੀਰ ਜੋ ਦੂਰ ਦੁਰਾਡੇ ਮੇਰੇ ਸੱਜਣ ਬੈਠੇ ਨੇ ਉਹਨਾਂ ਤੋਂ ਵੀ ਬਹੁਤ ਸਹਿਯੋਗ ਮਿਲਿਆ ਅਤੇ ਹਾਲਾਂਕਿ ਕੱਲ੍ਹ ਵੀ ਇੱਕ ਅਮੈਰੀਕਾ ਤੋਂ ਫੋਨ ਆਇਆ ਸੀ ਉਹ ਕਹਿੰਦੇ ਹਜੇ ਜਦੋਂ ਵੀ ਸਾਨੂੰ ਹੋਈ ਅਸੀਂ 5 ਲੱਖ ਰੁਪਏ ਡੋਨੇਟ ਕਰਾਂਗੇ ਮੈਂ ਕੋਈ ਗੱਲ ਨਹੀਂ ਵੀਰ ਜੀ ਅਤੇ ਲਗਭਗ ਬਹੁਤ ਜ਼ਿਆਦਾ ਹੈਲਪ ਹੋ ਰਹੀ ਹੈ
ਅਤੇ ਬੱਚੀ ਪਰਮਾਤਮਾ ਕਰੇ ਬੱਚੀ ਤੰਦਰੁਸਤ ਰਹੇ ਸਾਰਿਆਂ ਦੀ ਇਹ ਦੁਆ ਹੈ ਆਪਣੇ ਘਰ ਆ ਜੇ ਹੱਸਦੀ ਹੱਸਦੀ ਹਾਂਜੀ ਸਾਨੂੰ ਇੱਕ ਵੀਰ ਸਿੰਘ ਮਿੱਤਰ ਸੀ ਜਿਨ੍ਹਾਂ ਨੇ ਸਾਨੂੰ ਕਾਲ ਕੀਤੀ ਸੀ ਕਿ ਪੀ ਜੀ ਆਈ ਦੇ ਵਿੱਚ ਇੱਕ ਬੱਚੀ ਐਡਮਿਟ ਹੈ ਜਿਨ੍ਹਾਂ ਨਾਲ ਬਹੁਤ ਵੱਡਾ ਇੱਕ ਹਾਦਸਾ ਹੋ ਗਿਆ ਸੀ ਕਿ ਬੱਚੀ ਦੀ ਖੋਪੜੀ ਯਾਨੀ ਕਿ ਬਿਲਕੁਲ ਡੈਮੇਜ ਹੋ ਗਈ ਸੀ ਅਤੇ ਜਿਸ ਟਾਈਮ ਅਸੀਂ ਪਹੁੰਚੇ ਸੀ ਉਸ ਭੈਣ ਕੋਲ ਬਿਲਕੁਲ ਵੀ ਕੋਈ ਪੈਸਾ ਨਹੀਂ ਸੀ ਤਾਂ ਸਾਡੀ ਬਲੈਸਿੰਗ ਫਾਊਂਡੇਸ਼ਨ ਨੇ ਇੱਕ ਵੀਡੀਓ ਵਾਇਰਲ ਕੀਤੀ ਸੀ ਅਤੇ ਉਸ ਵੀਡੀਓ ਦੇ ਨਾਲ ਯਾਨੀ ਕਿ ਪੂਰੇ ਪੰਜਾਬ ਲੈਵਲ 'ਤੇ ਬਹੁਤ ਪੇਜਾਂ ਨੇ ਅਕਾਊਂਟ ਨੰਬਰ ਪਾ ਕੇ ਬਹੁਤ ਜ਼ਿਆਦਾ ਉਸ ਵੀਡੀਓ ਨੂੰ ਵਾਇਰਲ ਕੀਤਾ ਅਤੇ ਸੋਸ਼ਲ ਮੀਡੀਆ ਦੇ ਵੈਸੇ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਅਤੇ ਮੈਂ ਸਾਰੇ ਦਾਨੀ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਹੋਰ ਉਸ ਬੱਚੀ ਨੂੰ ਡੋਨੇਸ਼ਨ ਦੀ ਲੋੜ ਨਹੀਂ ਕਿਉਂਕਿ ਉਹਨਾਂ ਦੇ ਅਕਾਊਂਟ ਦੇ ਵਿੱਚ 15 ਲੱਖ ਰੁਪਏ ਤੋਂ ਜ਼ਿਆਦਾ ਜਿਹੜੀ ਅਮਾਊਂਟ ਹੈ ਉਹ ਪੈ ਚੁੱਕੀ ਹੈ ਅਤੇ ਇਸ ਟਾਈਮ ਪਰਿਵਾਰ ਨੂੰ 3 ਤੋਂ ਲੈ ਕੇ 4 ਲੱਖ ਰੁਪਏ ਦੀ ਲੋੜ ਸੀ ਬਟ 11-12 ਲੱਖ ਰੁਪਏ ਉਹਨਾਂ ਕੋਲ ਐਕਸਟਰਾ ਪੈ ਚੁੱਕੇ ਹੈ ਮੈਂ ਨਹੀਂ ਚਾਹੁੰਦਾ ਦਾਨੀ ਵੀਰਾਂ ਦੇ 100 ਰੁਪਏ ਦੀ ਵੀ ਬੇਕਦਰੀ ਹੋਵੇ ਯਾਨੀ ਕਿ ਵੇਸਟ ਹੋਣ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਉਸ ਪਰਿਵਾਰ ਨੂੰ ਡੋਨੇਸ਼ਨ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਆਪਣਾ ਡੋਨੇਸ਼ਨ ਕਿਸੇ ਹੋਰ ਲੋੜਵੰਦ ਪਰਿਵਾਰ ਨੂੰ ਲਾਸਟ ਭੇਜ ਸਕਦੇ ਹੋ ਅਤੇ ਸਾਰੇ ਵੀਰਾਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਉਹ ਡੋਨੇਸ਼ਨ ਰੁਕ ਸਕੇ ਕਿਉਂਕਿ ਡੋਨੇਸ਼ਨ ਰੁਕਣ ਦੇ ਨਹੀਂ ਆ ਰਿਹਾ ਬਹੁਤ ਵੀਰ ਡੋਨੇਸ਼ਨ ਧੜਾਧੜ ਪਾਈ ਜਾ ਰਹੇ ਨੇ ਮੈਂ ਨਹੀਂ ਚਾਹੁੰਦਾ ਤੁਹਾਡੇ ਦਸਵੰਧ ਦੀ ਬੇਕਦਰੀ ਹੋਵੇ 15 ਲੱਖ ਰੁਪਏ ਦੇ ਨੇੜੇ ਜਿਹੜਾ ਡੋਨੇਸ਼ਨ ਪਹੁੰਚ ਚੁੱਕਿਆ ਅਤੇ ਬੱਚੀ ਵੈਸੇ ਤੁਹਾਡੇ ਸਾਰਿਆਂ ਦੇ ਦੁਆਵਾਂ ਨਾਲ ਬਿਲਕੁਲ ਠੀਕ ਹੈ ਅਤੇ ਡੋਨੇਸ਼ਨ ਹੋਰ ਨਾ ਭੇਜੋ ਹੱਥ ਬੰਨ ਕੇ ਬੇਨਤੀ ਹੈ ਉਸ ਪਰਿਵਾਰ ਦੀ ਮਦਦ ਹੋ ਚੁੱਕੀ ਹੈ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਸੰਗਰੂਰ ਤੋਂ ਹਰਕਵਲ ਸਿੰਘ ਹੈਪੀ ਦੀ ਰਿਪੋਰਟ ਬਿਲਕੁਲ ਸੱਚ ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ ਧਨ ਦੀ ਕਮੀ ਬਿਮਾਰੀ ਤੋਂ ਪਰੇਸ਼ਾਨੀ ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ